हेलो प्यारे विद्यार्थियों, तुहाडा पंजाबी स्कूल यूट्यूब चैनल ते स्वागत है। अज मैं तुहानू कंप्यूटर साइंस जमात दसवीं पाठ 7 दी अभ्यास हल करवावांगे। इस विच असी हल करांगे माइक्रोसॉफ्ट पब्लिशर पार्ट 1, इस नाल संबंधित अभ्यास। सब तो पहला 94 प्रश्न एक आकर्षक विज्ञापन तैयार करन ਅਤੇ ਪ੍ਰਚਾਰ ਸੰਬੰਧੀ ਸਮੱਗਰੀ ਡਿਜ਼ਾਈਨ ਕਰਨ ਲਈ ਵਰਤੀ ਜਾਣ ਵਾਲੀ ਐਪਲੀਕੇਸ਼ਨ ਚੁਣੋ। ਊੜਾ, ਡਾਕੂਮੈਂਟ, ਐਡਾ, ਸਪਰੈਡਸ਼ੀਟ, ਈਡੀ, ਪਬਲੀਕੇਸ਼ਨ, ਸੱਸਾ, ਪ੍ਰੈਜੈਂਟੇਸ਼ਨ। ਇਸ ਦਾ ਸਹੀ ਉੱਤਰ ਹੈ ਈਡੀ, ਪਬਲੀਕੇਸ਼ਨ। ਪ੍ਰਸ਼ਨ 2, ਪਬਲਿਸ਼ਰ ਖਾਲੀ ਥਾਂ ਦੀ ਵਰਤੋਂ ਕਰਕੇ ਕਵਿਕ ਪਬਲੀਕੇਸ਼ਨ ਬਣਾਉਂਦਾ ਹੈ। ਊੜਾ, ਮੈਨੂਅਲ, ਐਡਾ, ਵਿਜ਼ਾਰਡ, ਈਡੀ, ਕਸਟਮਾਈਜ, ਸੱਸਾ, ਉਪਰੋਕਤ ਸਾਰੇ। ਇਸ ਦਾ ਸਹੀ ਉੱਤਰ ਹੈ ਐਡਾ, ਵਿਜ਼ਾਰਡ। ਪ੍ਰਸ਼ਨ 3, ਕੀਬੋਰਡ ਦੇ ਜ਼ਰੀਏ ਮਾਈਕਰੋਸਾਫਟ ਪਬਲੀਕੇਸ਼ਨ ਨੂੰ ਖੋਲ੍ਹਣ ਲਈ ਸਰਚ ਬਾਰ ਵਿੱਚ ਕੀ ਟਾਈਪ ਕਰਨਾ ਚਾਹੀਦਾ ਹੈ? ਊੜਾ, ਵਰਡਪੈਡ, ਐਡਾ, ਨੋਟਪੈਡ, ਈਡੀ, ਐਕਸੈਸ, ਸੱਸਾ, ਪਬਲਿਸ਼ਰ। ਇਸ ਦਾ ਸਹੀ ਉੱਤਰ ਹੈ ਸੱਸਾ, ਪਬਲਿਸ਼ਰ। ਪ੍ਰਸ਼ਨ 4, ਹਰ ਇੱਕ ਟੈਬ ਖਾਲੀ ਥਾਂ ਵਿੱਚ ਵੰਡਿਆ ਹੁੰਦਾ ਹੈ। ਊੜਾ, ਗਰੁੱਪਸ, ਐਡਾ, ਬਲੌਕਸ, ਈਡੀ, ਮੀਨੂ, ਸੱਸਾ, ਪਾਰਟਸ। ਇਸ ਦਾ ਸਹੀ ਉੱਤਰ ਹੈ ਊੜਾ, ਗਰੁੱਪਸ। ਪ੍ਰਸ਼ਨ 5, ਪਬਲੀਕੇਸ਼ਨ ਬਣਾਉਣ ਤੋਂ ਬਾਅਦ ਖਾਲੀ ਥਾਂ ਤੋਂ ਸੇਵ ਆਪਸ਼ਨ ਨੂੰ ਕਲਿੱਕ ਕਰਕੇ ਪਬਲੀਕੇਸ਼ਨ ਨੂੰ ਸੇਵ ਕਰੋ। ਊੜਾ, ਫਾਈਲ, ਐਡਾ, ਹੋਮ, ਈਡੀ, ਇਨਸਰਟ, ਸੱਸਾ, ਵਿਊ। ਇਸ ਦਾ ਸਹੀ ਉੱਤਰ ਹੈ ਊੜਾ, ਫਾਈਲ। ਪ੍ਰਸ਼ਨ 6, ਫਾਈਲ ਮੀਨੂ ਵਿੱਚ ਖਾਲੀ ਥਾਂ ਬਟਨ ਕਲਿੱਕ ਕਰਕੇ ਪਬਲੀਕੇਸ਼ਨ ਨੂੰ ਬੰਦ ਕਰੋ। ਊੜਾ, ਓਪਨ, ਐਡਾ, ਨਿਊ, ਈਡੀ, ਪ੍ਰਿੰਟ, ਸੱਸਾ, ਕਲੋਜ। ਇਸ ਦਾ ਸਹੀ ਉੱਤਰ ਹੈ ਸੱਸਾ, ਕਲੋਜ। ਖਾਲੀ ਥਾਵਾਂ ਭਰੋ। ਨੰਬਰ 1, ਅਸੀਂ ਬਲੈਂਕ ਲੇਆਊਟ ਵਿੱਚ ਖਾਲੀ ਥਾਂ, ਕੌਮਾ, ਖਾਲੀ ਥਾਂ, ਵਰਡ ਆਰਟ, ਆਟੋ ਸ਼ੇਪਸ ਆਦਿ ਓਬਜੈਕਟ ਨੂੰ ਦਾਖਲ ਕਰ ਸਕਦੇ ਹਾਂ। ਟੈਕਸਟ ਔਰ ਪਿਕਚਰ, ਪਹਿਲੀ ਖਾਲੀ ਥਾਂ ਦੇ ਵਿੱਚ ਟੈਕਸਟ, ਕੌਮਾ, ਦੂਜੀ ਦੇ ਵਿੱਚ ਪਿਕਚਰ। ਨੰਬਰ 2, ਬਾਕਸ ਦੇ ਲਾਈਨਾਂ ਦੇ ਵਿਚਕਾਰ ਪਿਆ ਹੈਂਡਲ ਓਬਜੈਕਟ ਨੂੰ ਖਾਲੀ ਥਾਂ ਅਤੇ ਖਾਲੀ ਥਾਂ ਖਿੱਚੇਗਾ, ਵਰਟੀਕਲ ਅਤੇ ਹੋਰੀਜੈਂਟਲ। ਨੰਬਰ 3, ਅਸੀਂ ਫਰੇਮ ਦਾ ਆਕਾਰ ਬਦਲਣ ਲਈ ਹੈਂਡਲ ਨੂੰ ਖਾਲੀ ਥਾਂ ਅਤੇ ਖਾਲੀ ਥਾਂ ਕਰ ਸਕਦੇ ਹਾਂ, ਕਲਿੱਕ, ਡਰੈਗ। ਨੰਬਰ 4, ਹਰੇਕ ਗਰੁੱਪ ਦੀਆਂ ਹੋਰ ਵਿਸ਼ੇਸ਼ਤਾਵਾਂ ਦੇਖਣ ਲਈ ਡਾਇਲੋਗ ਬਾਕਸ ਲਾਂਚਰ 'ਤੇ ਕਲਿੱਕ ਕਰੋ, ਜੋ ਕਿ ਹਰ ਖਾਲੀ ਥਾਂ ਦੇ ਖਾਲੀ ਥਾਂ ਵੱਲ ਹੁੰਦਾ ਹੈ। ਹਰ ਗਰੁੱਪ ਦੇ ਸੱਜੇ ਕੋਰਨਰ ਵੱਲ ਹੁੰਦਾ। ਨੰਬਰ 5, ਜਦੋਂ ਅਸੀਂ ਇੱਕ ਖਾਲੀ ਥਾਂ 'ਤੇ ਕਲਿੱਕ ਕਰਦੇ ਹਾਂ ਤਾਂ ਫਰੇਮ ਦੇ ਕੋਨਿਆਂ 'ਤੇ ਛੋਟੇ ਸਰਕਲ ਨਜ਼ਰ ਆਉਂਦੇ ਹਨ, ਇਹਨਾਂ ਨੂੰ ਖਾਲੀ ਥਾਂ ਕਿਹਾ ਜਾਂਦਾ ਹੈ। ਜਦੋਂ ਅਸੀਂ ਇੱਕ ਫਰੇਮ 'ਤੇ ਕਲਿੱਕ ਕਰਦੇ ਹਾਂ ਤਾਂ ਫਰੇਮ ਦੇ ਕੋਨਿਆਂ 'ਤੇ ਛੋਟੇ ਸਰਕਲ ਨਜ਼ਰ ਆਉਂਦੇ ਹਨ, ਇਹਨਾਂ ਨੂੰ ਹੈਂਡਲ ਕਿਹਾ ਜਾਂਦਾ ਹੈ। ਸਹੀ ਜਾਂ ਗਲਤ? ਨੰਬਰ 1, ਪਬਲੀਕੇਸ਼ਨ ਵਿੱਚ ਟੈਂਪਲੇਟ ਟੂਲ ਦੀ ਮਦਦ ਨਾਲ ਆਸਾਨੀ ਨਾਲ ਇੱਕ ਪਬਲੀਕੇਸ਼ਨ ਨੂੰ ਤਿਆਰ ਕੀਤਾ ਜਾ ਸਕਦਾ ਹੈ। ਇਸ ਦਾ ਉੱਤਰ ਸਹੀ। ਜ਼ਿਆਦਾਤਰ ਪਬਲੀਕੇਸ਼ਨ ਵਿੱਚ ਕਈ ਹਿੱਸੇ ਬਣੇ ਹੁੰਦੇ ਹਨ ਜਿਨ੍ਹਾਂ ਨੂੰ ਫਰੇਮ ਕਿਹਾ ਜਾਂਦਾ ਹੈ। ਇਹ ਸਹੀ ਹੈ। ਨੰਬਰ 3, ਕੋਨੇ ਦੇ ਹੈਂਡਲਸ ਨੂੰ ਅਨੁਪਾਤਕ ਤੌਰ 'ਤੇ ਓਬਜੈਕਟ ਦਾ ਆਕਾਰ ਬਦਲਿਆ ਜਾ ਸਕਦਾ ਹੈ। ਸਹੀ। ਨੰਬਰ 4, ਪਬਲਿਸ਼ਰ ਤੋਂ ਬਾਹਰ ਆਉਣ ਤੋਂ ਪਹਿਲਾਂ ਸਾਨੂੰ ਸਾਰੇ ਪਬਲੀਕੇਸ਼ਨ ਨੂੰ ਬੰਦ ਕਰਨਾ ਚਾਹੀਦਾ ਹੈ। ਗਲਤ।
ਅਸੀਂ ਕਿਸੇ ਵੀ ਆਈਟਮ ਤੇ ਕਲਿੱਕ ਕਰਕੇ ਉਸ ਨੂੰ ਕੁਇਕ ਐਕਸੈਸ ਟੂਲ ਬਾਰ ਵਿੱਚ ਸ਼ਾਮਿਲ ਨਹੀਂ ਕਰ ਸਕਦੇ। ਗਲਤ। ਬਹੁਤ ਛੋਟੇ ਉੱਤਰਾਂ ਵਾਲੇ ਪਰਚਨ। ਪਰਚਨ ਇੱਕ ਪਬਲੀਕੇਸ਼ਨ ਨੂੰ ਸੇਵ ਕਰਨ ਲਈ ਕਿਹੜੀ ਐਕਸਟੈਂਸ਼ਨ ਵਰਤੀ ਜਾਂਦੀ ਹੈ? .pub, ਜਿਸ ਤਰ੍ਹਾਂ ਕਿ ਵਰਡ ਦੀ .docu, ਪਾਵਰਪੁਆਇੰਟ ਦੀ .ppt, ਇਸੇ ਤਰ੍ਹਾਂ ਪਬਲਿਸ਼ਰ ਦੀ .pub। ਪ੍ਰਸ਼ਨ 2, ਆਬਜੈਕਟ ਨੂੰ ਮੂਵ ਕਰਨ ਲਈ ਕਿਹੜਾ ਕਰਸਰ ਵਰਤਿਆ ਜਾਂਦਾ ਹੈ? ਕ੍ਰੋਸ ਹੇਅਰ। ਪ੍ਰਸ਼ਨ 3, ਆਨਲਾਈਨ ਟੈਂਪਲੇਟ ਕਿਸ ਵਿੱਚ ਉਪਲਬਧ ਹੁੰਦਾ ਹੈ? office.com, ਮਾਈਕਰੋਸੋਫਟ ਕੰਪਨੀ ਦੁਆਰਾ ਤਿਆਰ ਕੀਤਾ ਗਿਆ ਮਾਈਕਰੋਸੋਫਟ ਆਫਿਸ, ਜਿਸ ਦੀ ਵੈਬਸਾਈਟ ਦੇ ਵਿੱਚ ਆਨਲਾਈਨ ਟੈਂਪਲੇਟ ਅਵੇਲੇਬਲ ਹਨ। ਪ੍ਰਸ਼ਨ 4, ਸਾਡੇ ਵੱਲੋਂ ਹਾਲ ਹੀ ਵਿੱਚ ਇੱਕ ਵਰਤਿਆ ਗਿਆ ਪਬਲੀਕੇਸ਼ਨ ਫਾਈਲ ਦੀ ਸੂਚੀ ਕੀ ਹੁੰਦੀ ਹੈ? ਰੀਸੈਂਟ। ਰੀਸੈਂਟ ਦਾ ਮਤਲਬ ਕਿ ਜੋ ਲੇਟੈਸਟ, ਇਸ ਤੋਂ ਪਹਿਲਾਂ ਆਪਾਂ ਕੰਮ ਕਰ ਚੁੱਕੇ ਹਾਂ, ਕੁਝ ਸਮਾਂ ਪਹਿਲਾਂ ਜਾਂ ਕੁਝ ਦਿਨ ਬਾਅਦ, ਜੋ ਸਭ ਤੋਂ ਆਖਰੀ ਵਿੱਚ ਯੂਜ ਕੀਤੇ ਹੁੰਦੇ ਹਨ, ਉਹ ਫਾਈਲਾਂ ਦੀ ਸੂਚੀ ਹੁੰਦੀ ਹੈ। ਪ੍ਰਸ਼ਨ 5, ਇੱਕ ਆਪਸ਼ਨ ਦੀ ਵਰਤੋਂ ਕਰਕੇ ਆਬਜੈਕਟ ਦੇ ਆਲੇ ਦੁਆਲੇ ਦਾ ਟੈਕਸਟ ਅਰੇਂਜ ਕੀਤਾ ਜਾਂਦਾ ਹੈ? ਰੈਪ ਟੈਕਸਟ। ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪ੍ਰਸ਼ਨ 1, ਪਬਲਿਸ਼ਰ ਕੀ ਹੈ? ਪਬਲਿਸ਼ਰ ਇੱਕ ਐਪਲੀਕੇਸ਼ਨ ਸੌਫਟਵੇਅਰ ਹੈ। ਇਹ ਮਾਈਕਰੋਸੋਫਟ ਆਫਿਸ ਦਾ ਇੱਕ ਭਾਗ ਹੈ। ਇਸ ਦੀ ਵਰਤੋਂ ਸੁੰਦਰ ਅਤੇ ਵਧੀਆ ਪ੍ਰਚਾਰ ਕਰਨ ਵਾਲੇ ਇਸ਼ਤਿਹਾਰਾਂ ਨੂੰ ਬਣਾਉਣ ਲਈ ਕੀਤੀ ਜਾਂਦੀ ਹੈ। ਪਬਲਿਸ਼ਰ ਵਿੱਚ ਅਸੀਂ ਟੈਂਪਲੇਟ, ਲੈਟਰਹੈੱਡ, ਬੈਨਰ, ਨਿਊਜ਼ਲੈਟਰ, ਪੋਸਟਰ, ਕੈਲੰਡਰ, ਨਿਮੰਤਰਣ ਪੱਤਰ ਆਦਿ ਬਣਾ ਸਕਦੇ ਹਾਂ। ਪਬਲਿਸ਼ਰ, ਵਿਜ਼ਾਰਡ ਅਤੇ ਡਿਜ਼ਾਈਨ ਗੈਲਰੀ ਦੀ ਵਰਤੋਂ ਨਾਲ ਜਲਦੀ ਤੋਂ ਜਲਦੀ ਪਬਲੀਕੇਸ਼ਨ ਬਣਾਉਣ ਵਿੱਚ ਸਾਡੀ ਮਦਦ ਕਰਦਾ ਹੈ। ਪ੍ਰਸ਼ਨ 2, ਪਬਲਿਸ਼ਰ ਵਿੱਚ ਆਬਜੈਕਟ ਨੂੰ ਮੂਵ ਕਰਨ ਦੇ ਸਟੈਪ ਲਿਖੋ। ਉੱਤਰ, ਪਬਲਿਸ਼ਰ ਵਿੱਚ ਆਬਜੈਕਟ ਨੂੰ ਮੂਵ ਕਰਨ ਦੇ ਸਟੈਪ ਹੇਠ ਲਿਖੇ ਅਨੁਸਾਰ ਹਨ। ਨੰਬਰ 1, ਆਬਜੈਕਟ 'ਤੇ ਕਲਿੱਕ ਕਰੋ ਅਤੇ ਇਸ ਨੂੰ ਸਿਲੈਕਟ ਕਰੋ। ਨੰਬਰ 2, ਆਬਜੈਕਟ ਦੀ ਸੋਲਿਡ ਲਾਈਨ 'ਤੇ ਕਰਸਰ ਰੱਖੋ। ਨੰਬਰ 3, ਆਬਜੈਕਟ ਨੂੰ ਕਲਿੱਕ ਅਤੇ ਡਰੈਗ ਕਰਕੇ ਮਨਪਸੰਦ ਜਗ੍ਹਾ 'ਤੇ ਲੈ ਜਾਓ। ਪ੍ਰਸ਼ਨ 3, ਟੈਂਪਲੇਟ ਨੂੰ ਪ੍ਰਭਾਸ਼ਿਤ ਕਰੋ। ਟੈਂਪਲੇਟ ਕੀ ਹੁੰਦਾ ਹੈ, ਇਸ ਦੀ ਪਰਿਭਾਸ਼ਾ ਲਿਖਣੀ ਹੈ। ਉੱਤਰ, ਟੈਂਪਲੇਟ ਪਬਲਿਸ਼ਰ ਦਾ ਡਿਫਾਲਟ ਮਾਡਲ ਹੁੰਦਾ ਹੈ। ਪਬਲਿਸ਼ਰ ਵਿੱਚ ਟੈਂਪਲੇਟ ਟੂਲ ਦੀ ਮਦਦ ਨਾਲ ਬਹੁਤ ਆਸਾਨੀ ਨਾਲ ਇੱਕ ਪਬਲੀਕੇਸ਼ਨ ਨੂੰ ਤਿਆਰ ਕੀਤਾ ਜਾ ਸਕਦਾ ਹੈ। ਟੈਂਪਲੇਟ ਵਿੱਚ ਪਹਿਲਾਂ ਤੋਂ ਹੀ ਤਿਆਰ ਕੀਤੇ ਹੋਏ ਡਿਜ਼ਾਈਨ ਸਟਾਈਲ ਹੁੰਦੇ ਹਨ। ਇਹਨਾਂ ਡਿਜ਼ਾਈਨਾਂ ਨੂੰ ਅਸੀਂ ਬਿਨਾਂ ਬਦਲਾਵ ਕੀਤੇ ਜਾਂ ਇਹਨਾਂ ਵਿੱਚ ਬਦਲਾਵ ਕਰਕੇ ਪਬਲੀਕੇਸ਼ਨ ਬਣਾਉਣ ਲਈ ਵਰਤ ਸਕਦੇ ਹਾਂ। office.com 'ਤੇ ਬਹੁਤ ਸਾਰੇ ਪ੍ਰਚਲਿਤ ਟੈਂਪਲੇਟ ਉਪਲਬਧ ਹਨ, ਜਿਨ੍ਹਾਂ ਨੂੰ ਡਾਊਨਲੋਡ ਕਰਕੇ ਅਸੀਂ ਵਧੀਆ ਪਬਲੀਕੇਸ਼ਨ ਆਸਾਨੀ ਨਾਲ ਬਣਾ ਸਕਦੇ ਹਾਂ। ਵੱਡੇ ਉੱਤਰਾਂ ਵਾਲੇ ਪ੍ਰਸ਼ਨ। ਪ੍ਰਸ਼ਨ 1, ਪਬਲੀਕੇਸ਼ਨ ਵਿੱਚ ਬਲੈਂਕ ਲੇਆਊਟ ਦੀ ਵਰਤੋਂ ਕਰਕੇ ਪਬਲੀਕੇਸ਼ਨ ਕਿਵੇਂ ਤਿਆਰ ਕਰ ਸਕਦੇ ਹਾਂ? ਉੱਤਰ, ਪਬਲਿਸ਼ਰ ਵਿੱਚ ਬਣਾਈ ਗਈ ਫਾਈਲ ਨੂੰ ਪਬਲੀਕੇਸ਼ਨ ਕਿਹਾ ਜਾਂਦਾ ਹੈ। ਬਲੈਂਕ ਲੇਆਊਟ ਦੀ ਵਰਤੋਂ ਕਰਕੇ ਪਬਲੀਕੇਸ਼ਨ ਤਿਆਰ ਕਰਨ ਦੇ ਸਟੈਪ ਹੇਠ ਲਿਖੇ ਅਨੁਸਾਰ ਹਨ। ਨੰਬਰ 1, ਫਾਈਲ ਮੈਨੂ 'ਤੇ ਕਲਿੱਕ ਕਰੋ। ਨੰਬਰ 2, ਨਿਊ ਆਪਸ਼ਨ 'ਤੇ ਕਲਿੱਕ ਕਰੋ। ਨੰਬਰ 3, ਬਲੈਂਕ ਪਬਲੀਕੇਸ਼ਨ ਟੈਂਪਲੇਟ 'ਤੇ ਕਲਿੱਕ ਕਰੋ। ਨੰਬਰ 4, ਕ੍ਰੀਏਟ ਬਟਨ 'ਤੇ ਕਲਿੱਕ ਕਰੋ। ਨੰਬਰ 5, ਜ਼ਰੂਰਤ ਅਨੁਸਾਰ ਪਬਲੀਕੇਸ਼ਨ ਬਣਾਓ। ਨੰਬਰ 6, ਪਬਲੀਕੇਸ਼ਨ ਬਣਾਉਣ ਤੋਂ ਬਾਅਦ ਫਾਈਲ ਮੈਨੂ ਵਿੱਚ ਜਾ ਕੇ ਇਸ ਨੂੰ ਸੇਵ ਕਰੋ। ਇਸ ਤਰ੍ਹਾਂ ਬਲੈਂਕ ਲੇਆਊਟ ਦੀ ਵਰਤੋਂ ਕਰਕੇ ਪਬਲੀਕੇਸ਼ਨ ਤਿਆਰ ਹੋ ਜਾਵੇਗੀ। ਪ੍ਰਸ਼ਨ 2, ਟੈਕਸਟ ਬਾਕਸ ਦੀ ਵਰਤੋਂ ਕਰਦੇ ਹੋਏ ਟੈਕਸਟ ਨੂੰ ਜੋੜਨ ਅਤੇ ਪਬਲਿਸ਼ਰ ਵਿੱਚ ਟੈਕਸਟ ਨੂੰ ਐਡਿਟ ਕਰਨ ਦੇ ਸਟੈਪ ਲਿਖੋ। ਉੱਤਰ, ਟੈਕਸਟ ਬਾਕਸ ਦੀ ਵਰਤੋਂ ਨਾਲ ਟੈਕਸਟ ਨੂੰ ਜੋੜਨ ਦੇ ਸਟੈਪ। ਨੰਬਰ 1, ਹੋਮ ਜਾਂ ਇਨਸਰਟ ਟੈਬ ਉੱਪਰ ਕਲਿੱਕ ਕਰੋ। ਨੰਬਰ 2, ਡਰਾ ਟੈਕਸਟ ਬਾਕਸ ਉੱਪਰ ਕਲਿੱਕ ਕਰੋ। ਨੰਬਰ 3, ਟੈਕਸਟ ਬਾਕਸ ਨੂੰ ਕਲਿੱਕ ਅਤੇ ਡਰੈਗ ਕਰਕੇ ਡਰਾ ਕਰੋ। ਨੰਬਰ 4, ਹੁਣ ਟੈਕਸਟ ਬਾਕਸ ਵਿੱਚ ਟੈਕਸਟ ਟਾਈਪ ਕਰੋ। ਟੈਕਸਟ ਨੂੰ ਐਡਿਟ ਕਰਨ ਦੇ ਸਟੈਪ। ਨੰਬਰ 1, ਉਸ ਟੈਕਸਟ ਬਾਕਸ ਨੂੰ ਸਿਲੈਕਟ ਕਰੋ
जिस दे टैक्सट नू एडिट करना है। नंबर दो, टैक्सट बॉक्स दे टूल दे फॉर्मेट टैब ते क्लिक करो। नंबर तीन, फॉर्मेट टैब दे वक् वक् ग्रुपां दियां ऑप्शनां दी वरतों नाल टैक्सट विच जरूरत अनुसार बदलाव करो। प्रश्न तीन, पब्लीकेशन प्रिंट किवें कीता जांदा है, स्टैप लिखो। उत्तर, पब्लीकेशन प्रिंट करन दे स्टैप हेठ लिखे अनुसार हन। फाइल मेनू ते क्लिक करो। नंबर दो, प्रिंट ऑप्शन ते क्लिक करो। नंबर तीन, प्रिंट दियां कापियां दी गिनती करो। नंबर चार, प्रिंट नाल संबंधित वक् वक् सैटिंगां पेपर साइज पेज ओरिएंटेशन आदि दी चोन करो। नंबर पांच, प्रिंट बटन ते क्लिक करो। इस वीडियो नू लाइक करो। इस वीडियो नू अपने जमात दे हर विद्यार्थी नाल शेयर करो। इस चैनल नू सबसक्राइब करो ता जो अगे आने वाले वीडियो दी नोटिफिकेशन मिल सके। जेकर इस वीडियो विच कुछ समझ ना आया होवे ता कमेंट बॉक्स विच लिखो, तुहानू उसका जवाब जल्दी मिलेगा। धन्यवाद।